ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਆਏ ਆ ਦੇਖੋ ਪਾਰਕ 'ਚ ਸਾਡੇ ਪਿੰਡ ਦਾ ਪਾਰਕ ਹੈਗਾ ਦੇਖੋ ਫੁੱਲ ਬਹੁਤ ਲੱਗੇ ਹੋਏ ਆ ਇੱਥੇ ਬਹੁਤ ਸਾਰੇ ਫੁੱਲ ਲੱਗੇ ਹੋਏ ਦਿਖਾਉਣੇ ਤੁਹਾਨੂੰ ਅੱਗੇ ਹਾਂਜੀ ਆ ਦੇਖੋ ਬਹੁਤ ਸਾਰੇ ਫੁੱਲ ਲੱਗੇ ਹੋਏ ਆ ਇੱਥੇ ਬਹੁਤ ਭਾਂਤੇ ਲੱਗੇ ਹੋਏ ਹੈਗੇ ਦੇਖੋ ਕਿਉਂਕਿ ਮੇਰਾ ਘਰ ਜੀ ਨਹੀਂ ਲੱਗਦਾ ਸੀ ਅੱਜ ਮੌਸਮ ਬੱਦਲਾਂ ਦਾ ਹੋਇਆ ਪਿਆ ਹੈਗਾ ਮੀਂਹ ਦਾ ਮੌਸਮ ਹੋਇਆ ਪਿਆ ਹੈਗਾ ਤਾਂ ਕਰਕੇ ਮੈਂ ਘੁੰਮਣ ਆ ਗਈ ਇੱਧਰ ਤੁਸੀਂ ਦੇਖ ਸਕਦੇ ਹੋ ਦੇਖੋ ਬਹੁਤ ਜੀ ਲੱਗਦਾ ਇੱਥੇ ਬਹੁਤ ਵਧੀਆ ਫੁੱਲ ਲੱਗੇ ਹੋਏ ਨੇ ਦੇਖੋ ਅਲੱਗ ਅਲੱਗ ਤਰ੍ਹਾਂ ਦੇ ਫੁੱਲ ਲੱਗੇ ਆ ਜੀ ਹਾਂਜੀ ਦੇਖੋ ਪਿੰਡ ਦੇ ਨੇੜੇ ਪੈਂਦਾ ਪਾਰਕ ਇਹ ਜਿਵੇਂ ਅਸੀਂ ਸ਼ਾਮ ਨੂੰ ਵੀ ਆ ਜਾਂਦੇ ਹਾਂ ਇੱਥੇ ਜਦੋਂ ਘਰ ਵੀ ਮਨ ਨਹੀਂ ਲੱਗਦਾ ਅਸੀਂ ਉਦੋਂ ਵੀ ਤੁਰੇ ਆਉਂਦੇ ਹੈਗੇ ਇੱਥੇ ਵਧੀਆ ਜੀ ਲੱਗਦਾ ਹੈਗਾ ਬਹੁਤ ਸੋਹਣੇ ਫੁੱਲ ਬੂਟੇ ਲੱਗੇ ਹੋਏ ਹੈਗੇ ਮੌਸਮ ਬਹੁਤ ਸੋਹਣਾ ਹੋ ਰਿਹਾ ਸੀਗਾ ਘਰ ਅੱਜ ਕੰਮ ਨਿਬੇੜ ਕੇ ਮੇਰਾ ਮਨ ਨਹੀਂ ਲੱਗਿਆ ਸੀ ਘਰ ਤਾਂ ਕਰਕੇ ਮੈਂ ਹਾਂਜੀ ਹੁਣ ਸ਼ਾਮ ਹੋ ਗਈ ਹੈ ਦੇਖੋ ਮੌਸਮ ਵੀ ਬਹੁਤ ਮੀਂਹ ਆਉਣ ਵਾਲਾ ਹੈ ਹੁਣ ਤੁਹਾਨੂੰ ਘਰ ਚੱਲਦੀ ਘਰ ਗੱਲ ਕਰੀ ਹੋਈ ਹੈ ਸਬਜ਼ੀ ਬਣਾਉਣੀ ਹੈ ਟਾਈਮ ਬਹੁਤ ਹੋ ਗਿਆ ਬਹੁਤ ਟਾਈਮ ਬਹਿ ਗਈ ਇੱਥੇ ਮੈਂ ਮਨ ਹਲਕਾ ਹੋ ਗਿਆ ਬਹੁਤ ਵਧੀਆ ਲੱਗਦਾ ਹੈ ਵਧੀਆ ਫਰੈਸ਼ ਹਵਾ ਆ ਗਈ ਹਾਂਜੀ ਅੱਗ ਮੱਚ ਗਈ ਹੈ ਮੇਰੀ ਅਤੇ ਭਿੰਡੀਆਂ ਕੱਟੀਆਂ ਨੇ ਮੈਂ ਭਿੰਡੀਆਂ ਦੀ ਸਬਜ਼ੀ ਬਣਾਉਂਗੀ ਅਤੇ ਪਿਆਜ਼ ਕੱਟੇ ਹੋਏ ਹੈਗੇ ਹੁਣ ਬਸ ਕੜਾਹੀ ਰੱਖੂੰਗੀ ਤੇਲ ਗਰਮ ਹੋ ਗਿਆ ਜੀਰਾ ਪਾਵਾਂਗੇ ਪਹਿਲਾਂ ਭਿੰਡੀਆਂ ਅਤੇ ਪਿਆਜ਼ ਅਸੀਂ ਭੁੰਨ ਲਿਆ ਜਿਵੇਂ ਇਹ ਲਾਲਾ ਸਾਡਾ ਰੱਖਣਾ ਇਹਨਾਂ ਨੇ ਅਤੇ ਇਹਦੇ ਵਿੱਚ ਨਿੰਬੂ ਨੂੰ ਚੋੜਾਂਗੇ ਅੱਧਾ ਚਮਚਾ ਮਿਰਚ ਦਾ ਪਾਉਣਾ ਚਮਚਾ ਹੋ ਗਿਆ
ਜਿਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ, 5-10 ਮਿੰਟ ਲਈ ਪਕਾਵਾਂਗੇ ਇਹਨਾਂ ਨੂੰ, ਤਾਂ ਕਿ ਆ ਪਾਣੀ ਜਿਹੜਾ ਮਾੜਾ ਮੋਟਾ ਮੱਚ ਜਾਵੇ। ਹਾਂਜੀ, 5 ਮਿੰਟ ਲਈ ਹੋਰ ਪਕਾਵਾਂਗੇ। ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਲਾਈਕ ਅਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਸਾਡੇ ਚੈਨਲ ਦਾ ਨਾਮ ਹੈ ਖਿਆਲਾ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ।